ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਪੰਜਾਬ ਵੈਦਰ ਟੀਵੀ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਜੀ ਆਇਆਂ ਨੂੰ ਜੀ ਇਸ ਵੇਲੇ ਦੀ ਤਾਜ਼ਾ ਵੱਡੀ ਮਾੜੀ ਖਬਰ ਆ ਚੁੱਕੀ ਹੈ ਹੁਣੇ-ਹੁਣੇ ਇੱਥੇ ਹੋਇਆ ਹਵਾਈ ਜਹਾਜ਼ ਕ੍ਰੈਸ਼ ਸ਼ਾਇਆ ਸੋਗ ਤਾਂ ਦੋਸਤੋ ਵੀਡੀਓ ਦੇ ਨਾਲ ਅੰਤ ਤੱਕ ਬਣੇ ਰਹੋ ਤਾਂ ਜੋ ਤੁਹਾਨੂੰ ਇਸ ਵੱਡੀ ਘਟਨਾ ਦੀ ਜਾਣਕਾਰੀ ਮਿਲ ਸਕੇ ਨਾਲ ਹੀ ਵੀਡੀਓ ਨੂੰ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਹਾਂਜੀ ਹੁਣ ਇੱਕ ਵਾਰ ਫਿਰ ਤੋਂ ਹਵਾਈ ਜਹਾਜ਼ ਕ੍ਰੈਸ਼ ਹੋਣ ਦੀ ਖਬਰ ਸਾਹਮਣੇ ਆਈ ਹੈ ਜਿਹਦੇ ਨਾਲ ਸੋਗ ਦੀ ਲਹਿਰ ਛਾ ਗਈ ਹੈ ਪ੍ਰਾਪਤ ਜਾਣਕਾਰੀ ਦੇ ਅਨੁਸਾਰ ਇਹ ਘਟਨਾ ਅਮਰੀਕਾ ਦੇ ਕੋਲੋਰਾਡੋ ਪਹਾੜੀ ਖੇਤਰ ਤੋਂ ਸਾਹਮਣੇ ਆਈ ਹੈ ਪ੍ਰਾਪਤ ਜਾਣਕਾਰੀ ਦੇ ਅਨੁਸਾਰ ਹਾਦਸੇ ਦੀ ਖਬਰ ਜੈਫਰਨ ਕਾਉਂਟੀ ਸ਼ਰੇਫ ਦੇ ਦਫ਼ਤਰ ਅਧਿਕਾਰੀਆਂ ਵੱਲੋਂ ਦਿੱਤੀ ਗਈ ਅਤੇ ਉਹਨਾਂ ਨੇ ਦੱਸਿਆ ਹੈ ਕਿ ਹਵਾਈ ਹਾਦਸੇ ਦੀ ਖਬਰ ਸ਼ਨੀਵਾਰ ਰਾਤ ਨੂੰ ਮਿਲਣ ਤੇ ਉਹਨਾਂ ਵੱਲੋਂ ਅਧਿਕਾਰੀਆਂ ਨੂੰ ਸੂਚਿਤ ਕੀਤਾ ਗਿਆ ਜਿਨੇ ਨੇ ਹਾਦਸਾ ਗ੍ਰਸਤ ਜਹਾਜ਼ ਨੂੰ ਲੱਭਿਆ ਤੇ ਸ਼ਨੀਵਾਰ ਰਾਤ ਨੂੰ ਹੀ ਇੱਕ ਛੋਟਾ ਜਹਾਜ਼ੋ ਕੋਨੀਫੋਰ ਕੋਲੋਰਾਡੋ ਤੋਂ ਲਗਭਗ 20 ਮੀਲ ਦੱਖਣ ਵਿਗਵਾਮਾ ਕ੍ਰੀਕ ਟ੍ਰੇਲ ਨੇੜੇ ਹਾਰਸਾ ਗ੍ਰਾਸਟ ਹੋ ਗਿਆ ਸੀ ਐਨਟੀਐਸਬੀ ਨੇ ਜਹਾਜ਼ ਦੀ ਮੈਗਨਸ ਫਿਊਜ਼ਨ 212 ਵਜੂ ਪਛਾਣ ਕੀਤੀ ਅਤੇ ਦੱਸਿਆ ਤੇ ਜਾਂਚ ਕਰਤਾ ਘਟਨਾ ਵਾਲੀ ਥਾਂ ਤੇ ਸੋਮਵਾਰ ਨੂੰ ਪਹੁੰਚੇ ਹਨ ਤੇ ਸਿਰਫ ਇਹ ਦਫ਼ਤਰ ਦੇ ਅਨੁਸਾਰ ਅਮਰੀਕਾ ਦਾ ਸੰਘੀ ਹਵਾਬਾਜ਼ੀ ਪ੍ਰਸ਼ਾਸਨ ਅਤੇ ਰਾਸ਼ਟਰੀ ਹਵਾਬਾਜ਼ੀ ਸੁਰੱਖਿਆ ਬੋਰਡ ਵੱਲੋਂ ਇਸ ਹਾਦਸੇ ਦੀ ਜਾਂਚ ਕਰ ਰਿਹਾ ਤੇ ਅਧਿਕਾਰੀਆਂ ਨੇ ਦੱਸਿਆ ਹੈ ਕਿ ਜਦੋਂ ਹਾਦਸਾ ਗ੍ਰਸਤ ਹੋਏ ਜਹਾਜ਼ ਕੋਲ ਟੀਮ ਪਹੁੰਚੀ ਤਾਂ ਵਿਕਰ ਪਾਇਲਟ ਦੀ ਮੌਤ ਮੌਕੇ ਤੇ ਹੋ ਗਈ ਤੇ ਇਸ ਸਾਲ ਦੇ ਇਨ੍ਹਾਂ ਕੁਝ ਵੀ ਨਾ ਰੰਦਰ ਬਹੁਤ ਸਾਰੇ ਹਵਾਈ ਹਾਦਸੇ ਹੋਣ ਦੀਆਂ ਲਗਾਤਾਰ ਖਬਰਾਂ ਪ੍ਰਾਪਤ ਹੋਈਆਂ ਹਨ